ਇਸ ਵਕਤ ਅਸੀਂ ਰੌਕ ਗਾਰਡਨ ਦੇ ਵਿੱਚ ਮੌਜੂਦ ਹਾਂ ਔਰ ਦੱਸ ਦਈਏ ਕਿ ਇਹ ਚੰਡੀਗੜ੍ਹ ਦਾ ਰੌਕ ਗਾਰਡਨ ਨਹੀਂ ਬਲਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਤਲਵਾੜਾ ਦਾ ਰੌਕ ਗਾਰਡਨ ਹੈ ਜਿਸ ਦਾ ਨਿਰਮਾਣ BBMP ਦੁਆਰਾ ਕੀਤਾ ਗਿਆ ਸੀ ਪਰ ਜੇ ਆਪਾਂ ਗੱਲ ਕਰੀਏ ਕਿ ਅੱਜ 2005 ਤੋਂ ਬਣਿਆ ਇਸ ਪਾਰਕ ਦਾ ਔਰ ਅੱਜ 2024 ਦੇ ਵਿੱਚ ਆਪਾਂ ਜੇ ਗੱਲ ਕਰੀਏ ਤੇ ਇਸ ਪਾਰਕ ਦਾ ਵजूद ਖਤਰੇ ਵਿੱਚ ਪਿਆ ਹੋਇਆ ਔਰ ਕਾਰਨ ਕੀ ਹੈ ਇਹ ਵੀ ਦੱਸਾਂਗੇ ਔਰ ਪੂਰੇ ਪਾਰਕ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਔਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਚੰਡੀਗੜ੍ਹ ਦੇ ਤਰਜ਼ ਤੇ ਇਸ ਪਾਰਕ ਨੂੰ ਬਨਾਇਆ ਗਿਆ ਸੀ ਔਰ ਖਾਸ ਗੱਲ ਹੈ ਕਿ ਜਿਸ ਡਿਜ਼ਾਈਨਰ ਦੁਆਰਾ ਚੰਡੀਗੜ੍ਹ ਦਾ ਰੌਕ ਗਾਰਡਨ ਡਿਜ਼ਾਈਨ ਕੀਤਾ ਗਿਆ ਸੀ ਉਸੇ ਡਿਜ਼ਾਈਨਰ ਵੱਲੋਂ ਇਸ ਰੌਕ ਗਾਰਡਨ ਨੂੰ ਵੀ ਡਿਜ਼ਾਈਨ ਕੀਤਾ ਗਿਆ ਹੈ 10 ਤੋਂ 12 ਏਕੜ ਦੇ ਵਿੱਚ ਬਣੇ BBMP ਦੇ ਇਸ ਰੌਕ ਗਾਰਡਨ ਦੀ ਸਭ ਤੋਂ ਪਹਿਲਾਂ ਤਸਵੀਰਾਂ ਕੈਮਰਾਮੈਨ ਨੂੰ ਦਿਖਾ ਦੇਣ ਕਿ ਇੱਕ ਬੱਚਿਆਂ ਵਾਸਤੇ ਬਹੁਤ ਹੀ ਵੱਡਾ ਪਾਰਕ ਬਣਿਆ ਹੋਇਆ ਪਰ ਤੁਸੀਂ ਝੂਲੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੂਰਾ ਜੰਗਲ ਇੱਕਦਮ ਬਣਿਆ ਹੋਇਆ ਹੈ ਇੱਥੇ ਵੱਡੀ ਵੱਡੀ ਉੱਚੀ ਘਾਹ ਸੋਕ ਚੁੱਕੀ ਹੈ ਔਰ ਖਾਸ ਗੱਲ ਦੱਸ ਦਈਏ ਕਿ ਚੰਡੀਗੜ੍ਹ ਦੇ ਤਰਸਤੇ ਹੀ ਜਿਸ ਤਰ੍ਹਾਂ ਇਸ ਗਾਰਡਨ ਦਾ ਨਿਰਮਾਣ ਹੋਇਆ ਇੱਥੇ ਬੱਚਿਆਂ ਵਾਸਤੇ ਖਾਸ ਪਾਰਕ ਇੱਕ ਐਗਜ਼ਿਬਿਸ਼ਨ ਵੀ ਹੈਗਾ ਜਿਹੜਾ ਕਿ ਪੁਰਾਣੇ ਆਪਾਂ ਕਹਿ ਸਕਦੇ ਕਿ ਸਮਾਨ ਤੋਂ ਤਿਆਰ ਕੀਤਾ ਜਾਂਦਾ ਹੈ ਮੂਰਤੀਆਂ ਵਗੈਰਾ ਔਰ ਇੱਕ ਲੇਕ ਆਪਾਂ ਕਹਿ ਸਕਦੇ ਕਿ ਉੱਥੇ ਬੋਟਿੰਗ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ ਪਰ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਇਸ ਵਕਤ ਹਾਲਾਤ ਜੋ BBMP ਦੇ ਇਸ ਰੌ ਗਾਰਡਨ ਦੇ ਬਣੇ ਹੋਏ ਨੇ ਔਰ ਦੱਸ ਦੇ ਕਿ ਅੱਜ ਤੱਕ ਵੀ ਇਹ ਜਿਹੜਾ ਪਾਰਕ ਹੈ ਉਹ ਬਿਲਕੁਲ ਹੀ ਖਤਰੇ ਦੇ ਉੱਤੇ ਇਹ ਖਤਰਾ ਜਿਹੜਾ ਮੰਡਰਾ ਰਿਹਾ ਕਿ ਇਸ ਪਾਰਕ ਦਾ ਵਜੂਦ ਜਿਹੜਾ ਉਹ ਖਤਮ ਹੀ ਹੋਣ ਦਾ ਦਿਖਾਈ ਦੇ ਰਿਹਾ ਇਸ ਵਕ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਆ ਉਹ ਆਉਂਦੇ ਜ਼ਰੂਰ ਨੇ ਇਸ ਗਾਰਡਨ ਨੂੰ ਰੋ ਗਾਰਡਨ ਨੂੰ ਦੇਖਣ ਵਾਸਤੇ ਪਰ ਨਿਰਾਸ਼ਾ ਜਿਹੜੀ ਆ ਨਿਰਾਸ਼ ਹੋ ਕੇ ਹੀ ਇੱਥੋਂ ਜਾਂਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਰਿਵਾਰ ਆਇਆ ਹੈ ਸਰ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਜੀ ਕਿੱਥੋਂ ਆਏ ਅਸੀਂ ਗੜ ਤੋਂ ਅੱਗੇ ਸਾਡਾ ਪਿੰਡ ਦੂਸੜਕੇ ਦੇ ਅੱਡੇ ਲਾ ਕੇ ਸੁੱਤਲਾ ਚੱਕ ਸੁੱਤਲਾ ਪਿੰਡ ਆ ਅਸੀਂ ਉਸ ਤੋਂ ਆਏ ਆ ਜਦੋਂ ਤੁਸੀਂ ਪਹੁੰਚੇ ਸੀ ਇਹ ਵੀ ਸੁਣਿਆ ਕਿ ਤੁਸੀਂ ਕਹਿੰ ਗਿਆ ਇੰਨੇ ਦੂਰੋਂ ਆਨ ਦਾ ਫਾਇਦਾ ਕੋਈ ਨਹੀਂ ਹੋਇਆ ਹਾਂਜੀ ਹਾਂਜੀ ਕਿਉਂਕਿ ਰੋਗਾਰਟਨ ਦੇਖਣ ਆਏ ਸੀ ਹਾਂਜੀ ਦੇਖਣਾ ਹੈ ਸਪੈਸ਼ਲ ਪਰਿਵਾਰ ਦੇ ਨਾਲ ਹਾਂਜੀ ਬੱਚਿਆਂ ਨੂੰ ਘੁਮਾਉਣ ਲਈ ਆਏ ਸੀਗੇ ਤੇ ਉਹ ਹੁਣ ਕਹਿੰਦੇ ਬੰਦ ਆ ਤੇ ਕੀ ਹੁਣ ਮੰਨ ਕਰਦੇ ਸਰਕਾਰ ਨੂੰ ਕੀ ਕਰਨਾ ਚਾਹੀਦਾ ਚਲਾਉਣਾ ਚਾਹੀਦਾ ਅਸੀਂ ਤਾਂ ਮੰਨੋ ਇਹ ਕਹਾਂਗੇ ਕਿ ਚਲਾਉਣਾ ਚਾਹੀਦਾ ਹੈ ਅਸੀਂ ਇੱਦੀ ਦੂਰੋਂ ਆਏ ਹਾਂ ਸੋਚ ਕੇ ਆਏ ਸੀ ਕਿ ਬੱਚਿਆਂ ਨੂੰ ਘੁਮਾ ਕੇ ਲੈ ਕੇ ਆਵਾਂਗੇ ਅੱਗੇ ਵੀ ਲੈ ਕੇ ਆਏ ਸੀਗੇ ਤੇ ਉਦੋਂ ਹਜੇ ਇਹਦੀ ਤਿਆਰੀ ਚੱਲ ਰਹੀ ਸੀ ਪਹਿਲਾਂ ਆਏ ਸੀ ਇੱਕ ਵਾਰ ਤੇ ਉਦੋਂ ਵੀ ਇਦਾਂ ਕਹਿ ਰਹੇ ਸੀ ਅੱਜ ਆ ਪੰਜੀ ਤੁਹਾਡਾ ਕੀ ਨਾਮ ਹੈ ਬਲਵਿੰਦਰ ਕੌਰ ਅੱਜ ਤੁਸੀਂ ਬੱਚਿਆਂ ਨੂੰ ਲੈ ਕੇ ਪਰਿਵਾਰ ਦੇ ਨਾਲ ਇੱਥੇ ਪਹੁੰਚੇ ਜਦੋਂ ਲੱਗਾ ਪਤਾ ਕਿ ਬੰਦ ਹੈ ਰੋ ਗਾਰਡਨ ਤੇ ਕਿਸ ਤਰ੍ਹਾਂ ਲੱਗਾ ਫਿਰ ਮਾੜਾ ਹੀ ਲੱਗਾ ਬੁਰਾ ਲੱਗਾ ਸਾਨੂੰ ਕਿਉਂਕਿ ਅਸੀਂ ਬੱਚਿਆਂ ਨੂੰ ਬਹੁਤ ਦੂਰੋਂ ਘੁਮਾਉਣ ਵਾਸਤੇ ਆਏ ਸੀਗੇ ਇੱਕ ਖੁਸ਼ੀ ਸੀ ਬੱਚਿਆਂ ਨੂੰ ਘੁਮਾ ਕੇ ਲਿਆ ਬੱਚਿਆਂ ਨੂੰ ਵੀ ਸੀਗਾ ਵੀ ਐਨਜੋਏ ਕਰਕੇ ਆਵਾਂਗੇ ਪਰ ਇਹ ਸਭ ਨਹੀਂ ਹੋਇਆ ਤੁਹਾਡੇ ਹਸਬੰਦ ਦਾ ਸਰੇ ਪਹਿਲਾਂ ਵੀ ਆਏ ਸੀ ਉਦੋਂ ਵੀ ਬੰਦ ਤੇ ਹੁਣ ਦੁਬਾਰਾ ਫਿਰ ਬੰਦ ਉਦੋਂ ਤਿਆਰੀ ਚੱਲ ਰਹੀ ਸੀ ਸਰ ਉਦੋਂ ਤਿਆਰੀ ਚੱਲ ਰਹੀ ਸੀ ਜਦ ਹੁਣ ਮੁੜ ਕੇ ਵਾਪਸ ਆਏ ਆ ਤਾਂ ਬੰਦ ਮਿਲਿਆ ਸਾਨੂੰ ਕੀ ਮੰਗ ਕੀ ਮੰਗ ਕਰਦੇ ਸਰਕਾਰ ਤੋਂ ਕਿ ਜਲਦੀ ਸ਼ੁਰੂ ਕਰਨਾ ਚਾਹੀਦਾ ਹਾਂਜੀ ਜ਼ਰੂਰ ਬਿਲਕੁਲ ਬੱਚਿਆਂ ਵਾਸਤੇ ਬੱਚੇ ਕਾਫੀ ਬੱਚੇ ਘੁੰਮਣ ਆਉਂਦੇ ਜੇ ਇਸ ਤਰ੍ਹਾਂ ਬੰਦ ਹੀ ਰਹੂਗਾ ਤਾਂ ਫਿਰ ਬੱਚਿਆਂ ਲਈ ਇੰਜੋਏ ਕਰਨ ਦਾ ਕੀ ਫਾਇਦਾ ਹੈ ਨਾ ਐਡੀ ਦੂਰ ਵਿੱਚ ਆਉਣ ਦਾ ਅਸੀਂ ਇਹ ਕਹਾਂਗੇ ਵੀ ਜਲਦ ਤੋਂ ਜਲਦ ਇਹਨੂੰ ਖੋਲਿਆ ਜਾਵੇ ਤੇ ਬੱਚੇ ਆਪਣਾ ਜੋ ਵੀ ਇੰਜੋਏਮੈਂਟ ਕਰ ਸਕਣ ਸਰ ਪਹਿਲਾਂ ਆਏ ਸੀਗੇ 4-5 ਸਾਲ ਪਹਿਲਾਂ ਆਏ ਸੀਗੇ ਉਸ ਟਾਈਮ ਇਹਦੀ ਤਿਆਰੀ ਚੱਲ ਰਹੀ ਸੀ ਕਹਿੰਦੇ ਠੇਕਾ ਬੰਦਾ ਹੋਰ ਕਿਸੇ ਨੂੰ ਦਿੱਤਾ ਆ ਵੀ ਪਹਿਲਾਂ ਹੋਰ ਕਿਸੇ ਤੋਂ ਸੀ ਉਦੋਂ ਵੀ ਇਹ ਇਦਾਂ ਹੀ ਸੀ ਕੋਈ ਇਹਦਾ ਚੱਲ ਨਹੀਂ ਰਿਹਾ ਸੀਗਾ ਤੇ ਹੁਣ ਆਏ ਹੁਣ ਬੰਦ ਹੋ ਗਿਆ ਇਸੇ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਮਾਜ ਸੇਵੀ ਤਲਵਾੜੇ ਤੋਂ ਅੰਕਿਤ ਰਾਣਾ ਜੀ ਮੌਜੂਦ ਨੇ ਅੰਕਿਤ ਜੀ ਏਡੀ ਵੱਡੀ ਇੱਕ ਦਰੋਹ ਲੋਕਾਂ ਦੇ ਟੈਕਸਪੇਅਰ ਦੇ ਪੈਸੇ ਨਾਲ BBMP ਦੁਆਰਾ ਬਣਾਈ ਗਈ ਹੈ ਔਰ ਅੱਜ ਆਪਣੀ ਬਦਹਾਲੀ ਤੇ ਅंसू ਬਹਾ ਰਿਹਾ ਇਸ ਤੇ ਤੁਸੀਂ ਤੁਹਾਡੇ ਕੀ ਵਿਚਾਰ ਨੇ ਦੇਖੋ ਸਾਡੇ ਭਾਜੀ ਇਹੀ ਵਿਚਾਰ ਨੇ ਕਿ ਸਾਨੂੰ 2005 ਦੇ ਅੰਦਰ ਜਦੋਂ BBMP ਨੇ ਇਸ ਪਾਰਕ ਨੂੰ ਬਣਾਇਆ ਤੇ ਉਸ ਵੇਲੇ ਲੋਕਾਂ ਨੂੰ ਆਸ ਸੀ ਕਿ ਸ਼ਾਇਦ BBMP ਜਿਹੜਾ ਹੈ ਉਹ ਲੋਕਾਂ ਨੂੰ ਮੁੜ ਕੇ ਤਲਵਾੜੇ ਵਾਲੇ ਪਾਸੇ ਅਟਰੈਕਟ ਕਰਨਾ ਚਾਹੁੰਦਾ ਹੈ ਪਰ ਹੌਲੀ ਹੌਲੀ ਹੋਇਆ ਕੀ ਹੈ ਸਮੇਂ ਦੇ ਨਾਲ ਅੱਜ ਜਿਹੜਾ ਇਹ ਰੋਗ ਗਾਰਡਨ ਹੈ ਲਗਭਗ ਬੰਦ ਹੋ ਚੁੱਕਾ ਹੈ ਔਰ ਬਾਹਰ ਬੋਰਡ ਲਾ ਦਿੱਤਾ ਗਿਆ ਕਿ ਇੱਥੇ ਸਭ ਦਾ ਆਣਾ ਮਨਾ ਹੈ ਮੈਨੂੰ ਲੱਗਦਾ ਵੀ ਲੋਕਾਂ ਦੇ ਜਿਹੜੇ ਟੈਕਸ ਪੇਅਰ ਦਾ ਪੈਸਾ ਹੈ ਉਸ ਪੈਸੇ ਦੀ ਕਿਤੇ ਨਾ ਕਿਤੇ ਦੁਰਵਰਤੋਂ ਹੋ ਰਹੀ ਹੈ ਉਸ ਪੈਸੇ ਦਾ ਜਿਹੜਾ ਸਹੀ ਉਪਯੋਗ ਨਹੀਂ ਹੋ ਰਿਆ ਕਿਉਂਕਿ ਜੇ ਇਹਨੂੰ ਵਰਤਣਾ ਨਹੀਂ ਸੀ ਤੇ ਇਹਨੂੰ ਬਣਾਉਣਾ ਨਹੀਂ ਸੀ ਚਾਹੀਦਾ ਜੇ ਇਹਨੂੰ ਬਣਾਇਆ ਪਿੱਛੇ ਤੁਸੀਂ ਦੇਖ ਸਕਦੇ ਹੋ ਏਡੇ ਏਡੇ ਵੱਡੇ ਝੂਲੇ ਲਗਾ ਕੇ ਔਰ ਕਿਸੇ ਦੇ ਯੂਜ਼ ਲਈ ਜੇ ਤੁਸੀਂ ਇਹਦਾ ਠੇਕਾ ਨਹੀਂ ਦੇ ਸਕਦੇ ਤੇ ਇਹਨੂੰ ਓਪਨ ਟੂ 올 ਕਰ ਦਿਓ ਹਰ ਬੰਦਾ ਆ ਕੇ ਪਾਰਕ ਦੇ ਵਿੱਚ ਸੈਰ ਕਰ ਸਕੇ ਇੱਥੇ ਆ ਕੇ ਆਪਣਾ ਘੁੰਮ ਫਿਰ ਸਕੇ ਤੇ ਮੈਨੂੰ ਲੱਗਦਾ ਕਿਤਨੇ ਕਿਤੇ ਪ੍ਰਸ਼ਾਸਨ ਦੇ ਅੰਗੈਲੀ ਹੈ ਜਿਸ ਕਰਕੇ ਅੱਜ ਇਹ ਜਿਹੜਾ ਪਾਰਕ ਹੈ ਆਪਣੀ ਜਿਹੜੀ ਬਦਹਾਲੀ ਹੈ ਉਹਦੇ ਹੰਝੂ ਰੋ ਰਿਹਾ ਜੀ ਅੰਕਿਤ ਜੀ ਜਿਸ ਤਰ੍ਹਾਂ ਬਾ 10 ਤੋਂ 12 ਏਕੜ ਦਾ ਹੈ ਪੂਰਾ ਦੱਸਿਆ ਗਿਆ ਕਿ 10 ਤੋਂ 12 ਏਕੜ ਦੇ ਵਿੱਚ ਇਹ ਪਾਰਕ ਫੈਲਿਆ ਹੋਇਆ ਹੈ ਔਰ ਖਾਸ ਗੱਲ ਹੈ ਕਿ ਬੱਚਿਆਂ ਲਈ ਪਾਰਕ ਔਰ ਸਟੈਚੂਜ਼ ਵਗੈਰਾ ਵੀ ਜੋ ਚੰਡੀਗੜ੍ਹ ਦੇ ਜਿਸ ਤਰ੍ਹਾਂ ਜੋ ਚੰਡੀਗੜ੍ਹ ਦਾ ਡਿਜ਼ਾਈਨਰ ਸੇਮ ਉਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਨੂੰ ਵੀ ਪਾਰਕ ਨੂੰ ਡਿਜ਼ਾਈਨ ਕੀਤਾ ਹੈ ਔਰ ਖਾਸ ਗੱਲ ਕਰੀਏ ਕਿ ਲੇਕ ਵੀ ਹੈਗੇ ਆ ਬੋਟ ਹੈਗੇ ਆ ਪਰ ਲੋਕ ਨਹੀਂ ਹੈ ਔਰ ਕਾਰਨ ਕੀ ਲੱਗਦਾ ਕਿ ਕਮੀ ਕਿੱਥੇ ਰਹਿ ਗਈ ਦੇਖੋ ਜੀ ਜਿਹੜਾ ਇਹ ਕੱਲਾ ਪਾਰਕ ਹੀ ਨਹੀਂ ਬਲਕਿ ਜਿਹੜਾ ਪੂਰਾ ਬੀਵੀਐਮਬੀ ਦੇ ਸੈਕਟਰਾਂ ਦਾ ਕਨਸੈਪਟ ਹੈ ਔਰ ਤਲਵਾੜੇ ਸ਼ਹਿਰ ਦਾ ਕਨਸੈਪਟ ਹੈ ਉਹ ਸਾਰਾ ਚੰਡੀਗੜ੍ਹ ਦੀ ਤਰਜ਼ ਤੇ ਹੈ ਹੌਲੀ-ਹੌਲੀ ਸਮੇਂ ਦੇ ਹਿਸਾਬ ਨਾਲ ਕੀ ਹੋਇਆ ਕਿ ਇੱਥੋਂ ਜਿਹੜਾ ਸਟਾਫ ਹੈ ਉਹ ਰਿਟਾਇਰ ਹੋ ਕੇ ਤਲਵਾੜੇ ਨੂੰ ਛੱਡ ਕੇ ਵਾਪਸ ਜਾ ਰਿਹਾ ਔਰ ਤਲਵਾੜਾ ਪੂਰਾ ਖਾਲੀ ਹੁੰਦਾ ਜਾ ਰਿਹਾ ਇਹੋ ਜਿਹੇ ਜਿਹੜੇ ਪ੍ਰਕਲਪ ਨੇ ਉਹਨਾਂ ਤੋਂ ਲੋਕਾਂ ਨੂੰ ਆਸ ਲੱਗਦੀ ਹੈ ਕਿ ਸ਼ਾਇਦ ਕਿ ਲੋਕ ਮੁੜ ਕੇ ਅਟਰੈਕਟ ਹੋਣਗੇ ਚਾਹੇ BBMP ਦਾ ਹਸਪਤਾਲ ਦੇਖ ਲੋ ਚਾਹੇ BBMP ਦਾ ਪਾਰਕ ਦੇਖ ਲੋ ਕਈ ਇਦਾਂ ਦੇ ادارے ਜਿਹੜੇ ਆਪਣੇ ਜਿਹੜੇ ਅਸਤਿਤਵ ਦੀ ਲੜਾਈ ਲੜ ਰਹੇ ਆ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਣਗੈਲੀ ਦਾ ਜਾਂ ਅਣਦੇਖੀ ਦਾ ਸ਼ਿਕਾਰ ਜਿਹੜਾ ਇਹ BBMP ਦੇ ادارے ਹੋ ਰਹੇ ਨੇ ਇਹ ਤਾਂ ਕੀ ਹੁੰਤ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਵਿਧਾਨ ਸਭਾ ਲੋਕ ਸਭਾ ਚ ਵੀ ਸੰਸਦ ਜੀ ਮਾਗ ਉਠਾਈ ਗਈ ਸੀ ਬੀਬੀਐਮਬੀ ਹਸਪੀਟਲ ਦੀ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਤੇ ਕੀ ਲੱਗਦਾ ਹੈ ਕਿ ਹੁਣ ਕੀ ਇਸ ਵਾਰ ਕੀ ਧਿਆਨ ਦੇਣਾ ਚਾਹੀਦਾ ਬੀਬੀਐਮਬੀ ਨੂੰ ਜਾਂ ਫਿਰ ਹੋਰ ਰਾਜਨੀਤਿਕ ਪਾਰਟੀਆਂ ਨੂੰ ਦੇਖੋ ਜੀ ਸਾਰੀਆਂ ਰਾਜਨੀਤਿਕ ਪਾਰਟੀਆਂ ਸਾਰੇ ਇਲਾਕੇ ਦੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਜਿਹੜੀ ਸਾਡੀਆਂ ਮੁੱਢਲੀਆਂ ਸੰਸਥਾਵਾਂ ਜਿਹੜੀਆਂ ਪਹਿਲਾਂ ਤੋਂ ਚਲੀਆਂ ਆ ਰਹੀਆਂ ਉਹਨਾਂ ਦੀ ਸੁਰੱਖਿਆ ਕਰਨਾ ਔਰ ਉਹਨਾਂ ਦੇ ਲਈ ਜੇ ਕੋਈ ਸੰਘਰਸ਼ ਵੀ ਕਰਨਾ ਪਿਆ ਉਹ ਕਰਨਾ ਕਿਉਂਕਿ ਹਰਪ੍ਰੀਤ ਸਿੰਘ ਨੇ ਮੁੱਦਾ ਚੱਕਿਆ ਬਹੁਤ ਵਧੀਆ ਮੁੱਦਾ ਚੱਕਿਆ ਕਿ ਸਾਡਾ ਜਿਹੜਾ ਤਲਵਾੜੇ ਦੇ ਅੰਦਰ ਬਿਲਡਿੰਗ ਬਣੀ ਹੋਈ ਹੈ ਉਹਨੂੰ ਪੀਜੀਆਈ ਸੈਟੇਲਾਈਟ ਸੈਂਟਰ ਬਣਾਇਆ ਜਾ ਸਕਦਾ ਕੋਈ ਇਸ਼ੂ ਨਹੀਂ ਹੈ ਪਰ ਸਿਰਫ ਇੱਕ ਸਰਕਾਰ ਦੇ ਅੰਦਰ ਇੱਕ ਕੰਮ ਕਰਨ ਦੀ ਜਿਹੜੀ ਇੱਛਾ ਹੋਣੀ ਚਾਹੀਦੀ ਹੈ ਲੋਕਾਂ ਨੂੰ ਵੀ ਚਾਹੀਦਾ ਕਿ ਜਿਹੜੇ ਲੋਕ ਇਸ ਮੂਵਮੈਂਟ ਇਸ ਮੂਵਮੈਂਟ ਦੇ ਵਿੱਚ ਖੜੇ ਨੇ ਉਹਨਾਂ ਦਾ ਸਾਥ ਦੇਣ ਤਾਂ ਕਿ ਜਿਹੜਾ ਤਲਵਾੜਾ ਹੈ ਉਹਨੂੰ ਪ੍ਰੋਪਰ ਤਰੀਕੇ ਨਾਲ ਬਚਾਇਆ ਜਾ ਸਕੇ ਜੇ ਆਪਾਂ ਅੱਗੇ ਨਹੀਂ ਵਧਾ ਸਕਦੇ ਤੇ ਘੱਟੋ ਘੱਟ ਜਿੱਥੇ ਆਪਾਂ ਰੁਕੇ ਹੋયા ਆ ਇੱਥੇ ਤਲਵਾੜਾ ਰੁਕਿਆ ਰਵੇ ਜਿਹੜੇ ਸਾਡੇ ਸੈਕਟਰਾਂ ਦੇ ਅੰਦਰ ਕੁਆਟਰ ਟੁੱਟ ਰਹੇ ਆ ਉਹ ਕੁਆਟਰ ਬਚਾਏ ਜਾਣ ਜਿਹੜੇ ਸੈਕਟਰ ਕਈ ਸੈਕਟਰ ਚ 4 ਨੰਬਰ ਸੈਕਟਰ ਜਿਹੜਾ ਉਹ ਬਿਲਕੁਲ ਹੀ ਖਤਮ ਹੋ ਗਿਆ ਤੇ ਇਦਾਂ ਜਿਹੜੇ ਬਚਿਆ ਹੋਇਆ ਸੈਕਟਰ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਮੈਨੂੰ ਲੱਗਦਾ ਫ ਗਲਵਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਇਹ ਹਨ ਅੰਕਿਤ ਰਾਣਾ ਜੋ ਕਿ ਇੱਕ ਸਮਾਜ ਸੇਵੀ ਨੇ ਉੱਥੇ ਹੀ ਉਹਨਾਂ ਨੇ ਜਿਸ ਤਰ੍ਹਾਂ ਇਸ ਪਾਰਕ ਦੇ ਇਸ ਰੌਕ ਗਾਰਡਨ ਦੇ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਸਿਰਫ ਤਲਵਾੜੇ ਦੇ ਵਿੱਚ ਇੱਕ ਰੌਕ ਗਾਰਡਨ ਦਾ ਹੀ ਮੁੱਦਾ ਨਹੀਂ ਹੈਗਾ ਜੋ ਕੁਆਟਰ ਨੇ ਉਹ ਵੀ ਖੰਡਰ ਹੁੰਦੇ ਜਾ ਰਹੇ ਨੇ ਬੀਬੀ ਐਮ ਬੀ ਹਸਪੀਟਲ ਦਾ ਵਜੂਦ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਖਤਰੇ ਦੇ ਵਿੱਚ ਪਿਆ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪ੍ਰਸ਼ਾਸਨ ਸੰਬੰਧਿਤ ਵਿਭਾਗ ਨੂੰ ਇਸ ਤਰਫ ਧਿਆਨ ਉਹਨਾਂ ਵੱਲੋਂ ਨਾ ਦਿੱਤਾ ਗਿਆ ਤੇ ਇੱਕ ਦਿਨ ਤਲਵਾੜਾ ਸ਼ਹਿਰ ਦਾ ਵਜੂਦ ਵੀ ਜੜਾ ਆ ਉਹ ਖਤਮ ਹੁੰਦੀ ਕਗਾਰ ਤੇ ਪਹੁੰਚ ਜਾਵੇਗਾ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ న్యూਸ 18 ਪੰਜਾਬ